ਦੇਖੋ, ਆਮ ਆਦਮੀ ਪਾਰਟੀ ਦਾ ਬੜਾ ਅਹਿਮ ਵਿੰਗ ਹੈ ਜੀ, ਯੂਥ ਵਿੰਗ। ਅੱਜ ਨਾਭਾ ਵਿਧਾਨ ਸਭਾ ਦੇ ਸਾਡੇ ਕੋਆਰਡੀਨੇਟਰ ਸਿਮਰਨ ਅੜਕ ਚੌਹਾਨ, ਇਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਵਿਧਾਨ ਸਭਾ ਨਾਭਾ ਦਾ। ਇਹਨਾਂ ਦੇ ਨਾਲ 31 ਮੈਂਬਰੀ ਟੀਮ ਜਿਹੜੀ ਹੈ ਉਹਦਾ ਮਾਨ ਸਨਮਾਨ ਕੀਤਾ ਗਿਆ ਜੀ, ਫੁੱਲਾਂ ਦੇ ਹਾਰ ਪਾ ਕੇ ਲੱਡੂ ਖਵਾਏ ਗਏ ਆ। ਔਰ ਸਭ ਦੀਆਂ ਡਿਊਟੀਆਂ ਡੋਰ ਟੂ ਡੋਰ, ਹਰੇਕ ਘਰ ਦੇ ਵਿੱਚ ਜਾਣਾ, ਆਪਣੀ ਸਰਕਾਰ ਦੇ ਕੰਮ ਜਿਹੜੇ ਆ ਦੱਸਣੇ ਕਿ 2 ਸਾਲਾਂ ਸਾਡੀਆਂ ਕੀ ਪ੍ਰਾਪਤੀਆਂ ਨੇ। ਸਾਡੇ ਅਲੱਗ ਅਲੱਗ ਵਿੰਗ ਨੇ ਜੀ, ਚਾਹੇ ਮਹਿਲਾ ਵਿੰਗ ਹੈ, ਚਾਹੇ ਟ੍ਰੇਡ ਵਿੰਗ ਹੈ, ਚਾਹੇ ਐਕਸ ਸਰਵਿਸ ਮੈਨ ਨੇ, ਠੀਕ ਹੈ ਜੀ। ਔਰ ਜਿਹੜੇ ਅਲੱਗ ਅਲੱਗ ਹੋਰ ਵੀ ਜਿੰਨੇ ਵੀ ਸਾਡੇ ਐਸ ਸੀ ਵਿੰਗ ਨੇ, ਅਲੱਗ ਅਲੱਗ ਜਿੰਨੇ ਵਿੰਗ ਨੇ ਸਾਡੇ ਸਪੋਰਟਸ ਵਿੰਗ ਹੈ, ਸਾਰੇ ਰਲ ਕੇ ਅਸੀਂ ਟੀਮਾਂ ਬਣਾ ਲਈਆਂ ਨੇ ਜੀ। ਅਸੀਂ ਹਰੇਕ ਪਿੰਡ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ, ਹਰੇਕ ਵਾਰਡ ਦੇ ਵਿੱਚ ਜਾਵਾਂਗੇ। ਔਰ 2 ਸਾਲ ਦੀਆਂ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਇਕੱਲੇ ਇਕੱਲੇ ਘਰ 'ਚ ਦੱਸਾਂਗੇ। ਔਰ ਬਹੁਤ ਅੱਛਾ ਰਿਸਪੋਂਸ ਆ ਰਿਹਾ ਜੀ, ਇੰਨਾ ਵੀ ਹੁਣ ਤੱਕ ਅਸੀਂ ਕੀਤਾ। ਪਰਮਾਤਮਾ ਕਿਰਪਾ ਕਰੇ, ਲੋਕ ਸਭਾ ਪਟਿਆਲਾ ਦੀ ਸੀਟ ਵੱਡੇ ਮਾਰਜਨ ਨਾਲ ਜਿੱਤ ਕੇ ਭਗਵੰਤ ਮਾਨ ਸਾਹਿਬ ਅਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਪਾਵਾਂਗੇ। ਯੂਥ ਦਾ ਅਹਿਮ ਰੋਲ ਹੁੰਦਾ ਜੀ ਇਲੈਕਸ਼ਨ ਦੇ ਵਿੱਚ, ਕਿਵੇਂ ਦੇਖਦੇ? ਬਿਲਕੁਲ ਜੀ, ਯੂਥ ਅਹਿਮ ਹੁੰਦਾ ਜੀ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਨਵੇਂ ਬੱਚੇ ਨੇ, ਜਿਹੜੇ ਯੰਗ ਨੇ, ਜਾਂ ਜਿਹੜੇ 20 ਸਾਲ 30 ਸਾਲ 35 ਸਾਲ ਦੀ ਉਮਰ ਦੇ ਵਿੱਚ ਨੇ, ਉਹ ਸਾਰੇ ਯੰਗ ਜਿਹੜੇ ਨੇ ਜੀ, ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਸਰਕਾਰ ਬਣਾਉਣ ਦੇ ਵਿੱਚ। ਔਰ ਆਮ ਆਦਮੀ ਪਾਰਟੀ ਦੀ ਬੈਕਬੋਨ ਨੇ ਜੀ, ਰੀੜ੍ਹ ਦੀ ਹੱਡੀ ਨੇ ਜੀ ਯੂਥ ਨੌਜਵਾਨ। ਸੋ ਮੈਂ ਉਮੀਦ ਕਰਦਾ ਸਾਰੇ ਵੱਧ ਚੜ੍ਹ ਕੇ ਤਨੋ ਮਨੋ ਸਾਰੇ ਜਿਹੜਾ ਯੋਗਦਾਨ ਪਾਉਣਗੇ ਔਰ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨਗੇ। ਕਿਸ ਤਰ੍ਹਾਂ ਦੇਖਦੇ ਹੋ 13 ਦੀਆਂ 13 ਸੀਟਾਂ ਪੰਜਾਬ ਦੀਆਂ ਲੋਕ ਸਭਾ? ਦੇਖੋ, ਮਾਲੀ ਦਾ ਕੰਮ ਪਾਣੀ ਦੇਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਮੈਂ ਵੱਡਾ ਬੋਲ ਨਹੀਂ ਬੋਲਦਾ, ਮਿਹਨਤ ਕਰ ਰਹੇ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰੋ। ਬਾਕੀ ਪਾਰਟੀਆਂ ਦਾ ਕਿਵੇਂ ਦੇਖਦੇ? ਉਹਨਾਂ ਪਾਰਟੀਆਂ ਦਾ ਤਾਂ ਉਹੀ ਦੱਸ ਸਕਦੇ ਨੇ ਜੀ, ਉਹਨਾਂ ਨੇ ਕੀ ਕਰਨਾ ਜੀ, ਕੀ ਉਹਨਾਂ ਦੀ ਰਣਨੀਤੀ ਆ, ਤਾਂ ਉਹੀ ਦੱਸ ਸਕਦੇ ਨੇ। ਅਸੀਂ ਤਾਂ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ ਔਰ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੀ ਹਾਂ ਔਰ ਅੱਛੇ ਤਰੀਕੇ ਨਾਲ ਸਾਰਾ ਮੈਨੇਜ ਕਰਕੇ ਵਿਧਾਨ ਸਭਾ ਨਾਭਾ ਜਿਹੜਾ ਜੀ ਉਹਦੇ ਵਿੱਚੋਂ ਜਿਵੇਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੱਡੇ ਮਾਰਜਨ ਜਿੱਤ ਪ੍ਰਾਪਤ ਕੀਤੀ ਹੈ ਤਾਂ ਲੋਕ ਸਭਾ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਰਾਂਗੇ। ਬਲਕੌਰ ਸਿੰਘ ਦੇ ਘਰ ਖੁਸ਼ੀ? ਜੀ ਹਾਂ, ਬਾਪੂ ਬਲਕੌਰ ਸਿੰਘ ਮਾਤਾ ਚਰਨ ਕੌਰ ਜੀ ਦੇ ਘਰ ਬੱਚੇ ਨੇ ਜਨਮ ਲਿਆ ਜੀ। ਪੂਰੇ ਪੰਜਾਬ ਦੇ ਵਿੱਚ ਕਿ ਪੂਰੀ ਦੁਨੀਆ 'ਚ ਖੁਸ਼ੀ ਦਾ ਮਾਹੌਲ ਹੈ। ਮੈਂ ਵੀ ਕੱਲ੍ਹ ਲੱਡੂ ਬੰਡੇ ਨੇ ਵਧਾਈ ਦਿੱਤੀ ਹੈ ਜੀ, ਮੇਰੇ ਵੱਲੋਂ ਸਿੱਧੂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਬੱਚੇ ਦੀ ਚੜ੍ਹਦੀ ਕਲਾ ਵਾਸਤੇ, ਬੱਚੇ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਬੱਚਾ ਵੱਡਾ ਹੋ ਕੇ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰੇ। ਬਹੁਤ ਇੱਕ ਜਿਵੇਂ ਬਹੁਤ ਵੱਡਾ ਖਿਲਾਫ ਪੈਦਾ ਹੋ ਗਿਆ ਸੀਗਾ, ਸਿੱਧੂ ਮੂਸੇਵਾਲਾ ਸਾਡਾ ਭਰਾ ਬੇਸ਼ੱਕ ਬੇਬਖਤੀ ਇੱਥੋਂ ਚਲੇ ਗਏ, ਪਰ ਦੁੱਖ ਬਹੁਤ ਹੈ ਜੀ। ਅਤੇ ਉਸ ਪਰਿਵਾਰ ਦੇ ਵਿੱਚ ਦੁਬਾਰਾ ਫਿਰ ਇੱਕ ਜਿਹੜੀ ਹੈ ਬੱਚੇ ਦੀ ਆਮਦ ਹੋਈ ਹੈ, ਬੱਚੇ ਦਾ ਜਨਮ ਹੋਇਆ, ਤਾਂ ਦਿਲੋਂ ਮੁਬਾਰਕਬਾਦ ਹੈ ਸਿੱਧੂ ਪਰਿਵਾਰ ਨੂੰ ਔਰ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਨੂੰ। ਦੇਖੋ, ਆਮ ਆਦਮੀ ਪਾਰਟੀ ਦਾ ਬੜਾ ਅਹਿਮ ਵਿੰਗ ਹੈ ਜੀ, ਯੂਥ ਵਿੰਗ। ਅੱਜ ਨਾਭਾ ਵਿਧਾਨ ਸਭਾ ਦੇ ਸਾਡੇ ਕੋਆਰਡੀਨੇਟਰ ਸਿਮਰਨ ਅੜਕ ਚੌਹਾਨ, ਇਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਵਿਧਾਨ ਸਭਾ ਨਾਭਾ ਦਾ। ਇਹਨਾਂ ਦੇ ਨਾਲ 31 ਮੈਂਬਰੀ ਟੀਮ ਜਿਹੜੀ ਹੈ ਉਹਦਾ ਮਾਨ ਸਨਮਾਨ ਕੀਤਾ ਗਿਆ ਜੀ, ਫੁੱਲਾਂ ਦੇ ਹਾਰ ਪਾ ਕੇ ਲੱਡੂ ਖਵਾਏ ਗਏ ਆ। ਔਰ ਸਭ ਦੀਆਂ ਡਿਊਟੀਆਂ ਡੋਰ ਟੂ ਡੋਰ, ਹਰੇਕ ਘਰ ਦੇ ਵਿੱਚ ਜਾਣਾ, ਆਪਣੀ ਸਰਕਾਰ ਦੇ ਕੰਮ ਜਿਹੜੇ ਆ ਦੱਸਣੇ ਕਿ 2 ਸਾਲਾਂ ਸਾਡੀਆਂ ਕੀ ਪ੍ਰਾਪਤੀਆਂ ਨੇ। ਸਾਡੇ ਅਲੱਗ ਅਲੱਗ ਵਿੰਗ ਨੇ ਜੀ, ਚਾਹੇ ਮਹਿਲਾ ਵਿੰਗ ਹੈ, ਚਾਹੇ ਟ੍ਰੇਡ ਵਿੰਗ ਹੈ, ਚਾਹੇ ਐਕਸ ਸਰਵਿਸ ਮੈਨ ਨੇ, ਠੀਕ ਹੈ ਜੀ। ਔਰ ਜਿਹੜੇ ਅਲੱਗ ਅਲੱਗ ਹੋਰ ਵੀ ਜਿੰਨੇ ਵੀ ਸਾਡੇ ਐਸ ਸੀ ਵਿੰਗ ਨੇ, ਅਲੱਗ ਅਲੱਗ ਜਿੰਨੇ ਵਿੰਗ ਨੇ ਸਾਡੇ ਸਪੋਰਟਸ ਵਿੰਗ ਹੈ, ਸਾਰੇ ਰਲ ਕੇ ਅਸੀਂ ਟੀਮਾਂ ਬਣਾ ਲਈਆਂ ਨੇ ਜੀ। ਅਸੀਂ ਹਰੇਕ ਪਿੰਡ ਦੇ ਵਿੱਚ, ਹਰੇਕ ਸ਼ਹਿਰ ਦੇ ਵਿੱਚ, ਹਰੇਕ ਵਾਰਡ ਦੇ ਵਿੱਚ ਜਾਵਾਂਗੇ ਔਰ 2 ਸਾਲ ਦੀਆਂ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਜਿਹੜੀਆਂ ਨੇ ਉਹ ਇਕੱਲੇ ਇਕੱਲੇ ਘਰ 'ਚ ਦੱਸਾਂਗੇ। ਔਰ ਬਹੁਤ ਅੱਛਾ ਰਿਸਪੋਂਸ ਆ ਰਿਹਾ ਜੀ, ਇੰਨਾ ਵੀ ਹੁਣ ਤੱਕ ਅਸੀਂ ਕੀਤਾ। ਪਰਮਾਤਮਾ ਕਿਰਪਾ ਕਰੇ, ਲੋਕ ਸਭਾ ਪਟਿਆਲਾ ਦੀ ਸੀਟ ਵੱਡੇ ਮਾਰਜਨ ਨਾਲ ਜਿੱਤ ਕੇ ਭਗਵੰਤ ਮਾਨ ਸਾਹਿਬ ਅਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਪਾਵਾਂਗੇ। ਯੂਥ ਦਾ ਅਹਿਮ ਰੋਲ ਹੁੰਦਾ ਜੀ ਇਲੈਕਸ਼ਨ ਦੇ ਵਿੱਚ, ਕਿਵੇਂ ਦੇਖਦੇ? ਬਿਲਕੁਲ ਜੀ, ਯੂਥ ਅਹਿਮ ਹੁੰਦਾ ਜੀ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਨਵੇਂ ਬੱਚੇ ਨੇ, ਜਿਹੜੇ ਯੰਗ ਨੇ, ਜਾਂ ਜਿਹੜੇ 20 ਸਾਲ 30 ਸਾਲ 35 ਸਾਲ ਦੀ ਉਮਰ ਦੇ ਵਿੱਚ ਨੇ, ਉਹ ਸਾਰੇ ਯੰਗ ਜਿਹੜੇ ਨੇ ਜੀ
ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਸਰਕਾਰ ਬਣਾਉਣ ਦੇ ਵਿੱਚ, ਔਰ ਆਮ ਆਦਮੀ ਪਾਰਟੀ ਦੀ ਬੈਕਬੋਨ ਨੇ ਜੀ, ਰੀੜ੍ਹ ਦੀ ਹੱਡੀ ਨੇ ਜੀ ਯੂਥ ਨੌਜਵਾਨ। ਸੋ ਮੈਂ ਉਮੀਦ ਕਰਦਾ ਸਾਰੇ ਵੱਧ ਚੜ੍ਹ ਕੇ ਤਨੋ ਮਨੋ ਸਾਰੇ ਜਿਹੜਾ ਯੋਗਦਾਨ ਪਾਉਣਗੇ ਔਰ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰਨਗੇ। ਕਿਸ ਤਰ੍ਹਾਂ ਦੇਖਦੇ ਹੋ 13 ਸੀਟਾਂ ਪੰਜਾਬ ਦੀਆਂ ਲੋਕ ਸਭਾ? ਦੇਖੋ, ਮਾਲੀ ਦਾ ਕੰਮ ਪਾਣੀ ਦੇਣਾ, ਭਰ ਭਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ, ਮੈਂ ਵੱਡਾ ਬੋਲ ਨਹੀਂ ਬੋਲਦਾ, ਮਿਹਨਤ ਕਰ ਰਹੇ ਹਾਂ, ਸੱਚੇ ਪਾਤਸ਼ਾਹ ਕਿਰਪਾ ਕਰੋ। ਬਾਕੀ ਪਾਰਟੀਆਂ ਦਾ ਕਿਵੇਂ ਦੇਖਦੇ? ਉਹਨਾਂ ਪਾਰਟੀਆਂ ਦਾ ਤਾਂ ਉਹੀ ਦੱਸ ਸਕਦੇ ਨੇ ਜੀ, ਉਹਨਾਂ ਨੇ ਕੀ ਕਰਨਾ ਜੀ, ਕੀ ਉਹਨਾਂ ਦੀ ਰਣਨੀਤੀ ਹੈ, ਤਾਂ ਉਹੀ ਦੱਸ ਸਕਦੇ ਨੇ। ਅਸੀਂ ਤਾਂ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਾਂ ਔਰ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੀ ਹਾਂ ਔਰ ਅੱਛੇ ਤਰੀਕੇ ਨਾਲ ਸਾਰਾ ਮੈਨੇਜ ਕਰਕੇ ਵਿਧਾਨ ਸਭਾ ਨਾਭਾ ਜਿਹੜਾ ਜੀ ਉਹਦੇ ਵਿੱਚੋਂ ਜਿਵੇਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਵੱਡੇ ਮਾਰਜਨ ਜਿੱਤ ਪ੍ਰਾਪਤ ਕੀਤੀ ਹੈ ਤਾਂ ਲੋਕ ਸਭਾ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਰਾਂਗੇ। ਬਲਕੌਰ ਸਿੰਘ ਦੇ ਘਰ ਪੁੱਛਿਆ? ਜੀ ਹਾਂ, ਬਾਪੂ ਬਲਕੌਰ ਸਿੰਘ ਮਾਤਾ ਚਰਨ ਕੌਰ ਜੀ ਦੇ ਘਰ ਬੱਚੇ ਨੇ ਜਨਮ ਲਿਆ ਜੀ। ਪੂਰੇ ਪੰਜਾਬ ਦੇ ਵਿੱਚ ਕਿ ਪੂਰੀ ਦੁਨੀਆ 'ਚ ਖੁਸ਼ੀ ਦਾ ਮਾਹੌਲ ਹੈ। ਮੈਂ ਵੀ ਕੱਲ੍ਹ ਲੱਡੂ ਬੰਡੇ ਨੇ ਵਧਾਈ ਦਿੱਤੀ ਹੈ ਜੀ, ਮੇਰੇ ਵੱਲੋਂ ਸਿੱਧੂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਬੱਚੇ ਦੀ ਚੜ੍ਹਦੀ ਕਲਾ ਵਾਸਤੇ, ਬੱਚੇ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਬੱਚਾ ਵੱਡਾ ਹੋ ਕੇ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕਰੇ। ਬਹੁਤ ਇੱਕ ਜਿਵੇਂ ਬਹੁਤ ਵੱਡਾ ਖਿਲਾਫ਼ ਪੈਦਾ ਹੋ ਗਿਆ ਸੀਗਾ, ਸਿੱਧੂ ਮੂਸੇਵਾਲਾ ਸਾਡਾ ਭਰਾ ਬੇਸ਼ੱਕ ਬੇਵਕਤੀ ਇੱਥੋਂ ਚਲੇ ਗਏ, ਪਰ ਦੁੱਖ ਬਹੁਤ ਹੈ ਜੀ। ਅਤੇ ਉਸ ਪਰਿਵਾਰ ਦੇ ਵਿੱਚ ਦੁਬਾਰਾ ਫਿਰ ਇੱਕ ਜਿਹੜੀ ਹੈ ਬੱਚੇ ਦੀ ਆਮਦ ਹੋਈ ਹੈ, ਬੱਚੇ ਦਾ ਜਨਮ ਹੋਇਆ, ਤਾਂ ਦਿਲੋਂ ਮੁਬਾਰਕਬਾਦ ਹੈ ਸਿੱਧੂ ਪਰਿਵਾਰ ਨੂੰ ਔਰ ਬਾਪੂ ਬਲਕੌਰ ਸਿੰਘ ਹੋਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਨੂੰ।